ਸਲੋਕ ਮਹੱਲਾ ਪਹਿਲਾ। ਸਚ ਕਾਲ ਕੂੜ ਵਰਤਿਆ, ਕਾਲ ਕਾਲਖ ਬੇਤਾਲ, ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ, ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜਾਈਐ, ਕੋਰੈ ਰੰਗ ਨਾ ਸੋਏ। ਹਾਂਜੀ, ਭੈ ਵਿੱਚ ਖੁੰਭ ਚੜਾਈਐ, ਖੁੰਭ ਕੱਸ ਕੇ ਬੋਲਣਾ, ਇਹਨੂੰ ਖੁੰਭ ਨੀ ਕਹਿ ਦੇਣਾ, ਪੱਬੇ ਨਾਲ ਚੜਾਈਐ ਭਾਰਾ ਬੋਲਣਾ। ਸਰਮ ਪਾਹੋ ਤਾਨ ਹੋਏ, ਨਾਨਕ ਭਗਤੀ ਜੇ ਰਪੈ, ਰਪੈ ਪੋਲਾ ਹੀ ਬੋਲਣਾ, ਨਾਨਕ ਭਗਤੀ ਜੇ ਰਪੈ, ਕੂੜਾ ਸੋਏ ਨਾ ਕੋਏ। ਮਹੱਲਾ ਪਹਿਲਾ। ਲੱਭ ਪਾਪ ਦੋਏ ਰਾਜਾ ਮਹਿਤਾ, ਦੋਏ ਪਦ ਤੇ ਠਮਕ ਲਾ ਦੇਣੀ ਹੈ, ਲੱਭ ਪਾਪ ਦੋਏ ਰਾਜਾ ਮਹਿਤਾ, ਮਹਿਤਾ ਪੋਲਾ ਬੋਲਣਾ, ਇੱਥੇ ਮਹੱਤਾ ਨੀ ਕਹਿਣਾ, ਲੱਭ ਪਾਪ ਦੋਏ ਰਾਜਾ ਮਹਿਤਾ, ਲੱਭ ਕਿਤੇ ਵੀ ਆ ਜੇ ਕੱਸ ਕੇ ਬੋਲਣਾ। ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਐ, ਕਾਮ ਨੇਬ ਸਦ ਪੁੱਛੀਐ, ਸਦ ਕੱਸ ਕੇ ਬੋਲਣਾ, ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ। ਇਸਦਾ ਉਚਾਰਨ ਰਈਅਤ ਉਚਾਰਨ ਕਰਨਾ, ਰਾਰਾ ਈੜੀ ਬਿਹਾਰੀ ਐੜਾ ਤੱਤੇ ਸਿਹਾਰੀ, ਰਈਅਤ ਰਯਤ ਨੀ ਕਹਿਣਾ, ਅੰਧੀ ਰਈਅਤ ਗਿਆਨ ਵਿਹੂਣੀ, ਭਾਹ ਭਰੇ ਮੁਰਦਾਰ, ਗਿਆਨੀ ਨੱਚਹਿ ਵਾਜੇ ਵਾਵਹਿ, ਕੂ ਰੂਪ ਕਰਹਿ ਸੀਗਾਰ, ਉੱਚੇ ਕੂਕਹਿ ਵਾਧਾ ਗਾਵਹਿ। ਵਾਧਾ ਧੱਦਾ ਨੀ ਬੋਲਣਾ, ਵਾਧਾ ਲੜਾਈ ਝਗੜੇ ਵਾਦ ਵਿਵਾਦ। ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰਹਿ ਪਿਆਰ, ਧਰਮੀ ਧਰਮ ਕਰਹਿ ਗਾਵਾਵਹਿ। ਗਾਵਾਵਹਿ ਦੋਵੇਂ ਕੰਨੇ ਬੋਲਣੇ ਹਨ, ਗਵਾਵਹਿ ਨੀ ਕਹਿਣਾ, ਆਮ ਗਵਾਵਹਿ ਕਹਿ ਜਾਂਦੇ। ਮੰਗਹਿ ਮੋਖ ਦੁਆਰ, ਮੰਗਹਿ ਗੱਗਾ ਲਾ ਕੇ ਗੰਗਾ ਨੀ ਲਾਉਣਾ, ਮੰਗਹਿ ਨੀ ਕਹਿਣਾ, ਮੰਗਹਿ ਮੋਖ ਦੁਆਰ। ਜਤੀ ਸਦਾਵਹਿ ਜੁਗਤ ਨਾ ਜਾਣਹਿ, ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੈ, ਪਤ ਪਰਵਾਣਾ ਪਿੱਛੇ ਪਾਈਐ, ਤਾ ਨਾਨਕ ਤੋਲਿਆ ਜਾਪੈ। ਮਹੱਲਾ ਪਹਿਲਾ। ਵਧੀ ਸੁਵਜਗ ਨਾਨਕਾ। ਸੁਵਜਗ ਪਾਠ ਸੰਪਰਦਾ ਦੇ ਵਿੱਚ ਟਕਸਾਲ ਵਿੱਚ ਇਕੱਠਾ ਕਰਾਇਆ ਜਾਂਦਾ, ਵਧੀ ਪੋਲਾ ਬੋਲਣਾ, ਵਧੀ ਨੀ ਕਹਿਣਾ ਹੈ, ਵਧੀ ਸੁਵਜਗ ਨਾਨਕਾ। ਸੱਚਾ ਵੇਖੈ ਸੋਏ, ਸਭਨੀ ਛਾਲਾ ਮਾਰੀਆ, ਛਾਲਾ ਪੋਲਾ ਹੀ ਬੋਲਣਾ, ਛਾਲਾ ਨੀ ਕਹਿਣਾ ਹੈ। ਕਰਤਾ ਕਰੇ ਸੋ ਹੋਏ, ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇ, ਦੋਵੇਂ ਅੱਗੇ ਅੱਗੇ ਪਦ ਤੇ ਯਮਕਾਂ ਹਨ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ ਪੌੜੀ, ਧੁਰ ਕਰਮ ਤੇ ਜਿਨ੍ਹਾਂ ਕੋ ਤੁਧ ਪਾਇਆ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾ ਤਿਨੀ ਖਸਮ ਧਿਆਇਆ, ਇਨਾ ਜਨਤਾ ਕੈ ਵਸ ਕਿਛ ਨਾਹੀ। ਵਸ ਕਸ ਕੇ ਬੋਲਣਾ, ਇਨਾ ਨੀ ਕਹਿਣਾ, ਇਨਾ ਜਨਤਾ ਕੈ ਵਸ ਕਿਛ ਨਾਹੀ।
ਇਨਾ ਜਨਤਾ ਕੈ ਵਸ ਕਿਛ ਨਾਹੀ, ਤੁਦ ਵੇਕੀ ਜਗਤ ਉਪਾਇਆ, ਇਕਨਾ ਨੋ ਤੂੰ ਮੇਲ ਲੈ, ਇਕ ਆਪਹੋ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧ ਆਪ ਬੁਝਾਇਆ, ਬੁਝਾਇਆ ਕਸ ਕੇ ਬੋਲਣਾ, ਜਿਥੈ ਤੁਧ ਆਪ ਬੁਝਾਇਆ, ਸਹਿਜੇ ਹੀ ਸਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ। ਹਾਂ, ਤੂੰ ਕਰਤਾ ਕਰਣਾ ਇੱਥੇ ਠਮਕ ਹੈ, ਮੈਂ ਨਾਹੀ। ਜਾ ਹੋ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਵਸਿਆ ਪੋਲਾ ਹੀ ਬੋਲਣਾ, ਤੇਰਾ ਅੰਤ ਨਾ ਜਾਈ ਲਖਿਆ ਪ੍ਰਹਾਵ, ਵਿਸਰਾਮ ਤੇਰਾ ਅੰਤ ਤੇ ਲਾਉਣਾ ਹੈ, ਤੇਰਾ ਅੰਤ ਨਾ ਜਾਈ ਲਖਿਆ ਪੋਲਾ ਹੀ ਉਚਾਰਨ ਕਰ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ, ਅਕਾਲ ਨਹੀਂ ਕਹਿਣਾ, ਇਸੇ ਤਰ੍ਹਾਂ ਹੀ ਬੋਲਣਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਲੱਲੇ ਦੇ ਹਲੰਤ ਭਾਰਾ ਕਰਨਾ, ਆ ਨੂੰ ਭਾਰਾ ਨਹੀਂ ਕਰਨਾ, ਸਵਾਲਿਓ ਲਿਓ ਬੋਲਣਾ, ਕਈ ਐੜੇ ਨੂੰ ਵੀ ਭਾਰਾ ਕਰ ਦਿੰਦੇ ਹਨ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆ ਬਾਤਾ, ਕਹੋ ਦੇ ਹੋੜਾ ਨੀ ਲਾਜਣਾ, ਕਹੋ ਕਹੋ ਨਾਨਕ ਕਰਤੇ ਕੀਆ ਬਾਤਾ, ਕਹੋ ਨਾਨਕ ਕਰਤੇ ਕੀਆ ਬਾਤਾ, ਜੋ ਕਿਛ ਕਰਨਾ ਸੁ ਕਰ ਰਹਿਆ। ਮਹੱਲਾ ਦੂਜਾ, ਯੋਗ ਸ਼ਬਦੰ ਗਿਆਨ ਸ਼ਬਦੰ। ਇਹ ਬੱਬੇ ਵਿਚ ਸ਼ੁੱਧ ਬੋਲਣੇ, ਯੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਬ੍ਰਾਹਮਣ ਹੈ, ਰਾਰਾ ਹੈ ਨਾ, ਕੰਨਾ ਵੀ ਹੈ, ਬ੍ਰਾਹਮਣ ਹੈ, ਬ੍ਰਾਹਮਣ ਆਮ ਬ੍ਰਾਹਮਣ ਹੀ ਕਹਿ ਜਾਂਦੇ ਆ, ਬ੍ਰਾਹਮਣ ਹੈ, ਵੇਦ ਸ਼ਬਦੰ ਬ੍ਰਾਹਮਣ ਹੈ, ਦੋਹਾ ਹੀ ਹੈ, ਬ੍ਰਾਹਮਣ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਸੂਤਰ ਸ਼ਬਦੰ ਪਰਾਕ੍ਰਿਤ ਹੈ, ਪਰਾਕ੍ਰਿਤ ਹੈ, ਇਹ ਸੰਬੰਧਕ ਪਾਠ ਹੈ, ਪਰਾਕ੍ਰਿਤ ਹੈ, ਰਾਰੇ ਨੂੰ ਸਿਹਾਰੀ ਲਾ ਕੇ ਬੋਲ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭੇਉ, ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਮਹੱਲਾ ਦੂਜਾ, ਏਕ ਕ੍ਰਿਸ਼ਨੰ ਸਰਵ ਦੇਵਾ, ਦੇਵ ਦੇਵਾ ਤ ਆਤਮਾ, ਆਤਮਾ ਵਸ ਦੇਵਸ, ਵਾਸ ਦੇਵਸ, ਸਹਿਸਕ੍ਰਿਤੀ ਚ ਹੈ ਵਸ ਦੇਵਸ, ਵਾਹਵਾ ਹੇਠਾਂ, ਇੱਥੇ ਵਾਸ ਦੇਵਸ ਅੱਧੇ ਜੀ ਸੱਸੇ ਦੇ, ਉਹਦਾ ਉਚਾਰਨ ਹੋਣਾ ਸੱਸੇ ਸੇ ਅਦੀ ਐੜਾ, ਵਾਸ ਦਿਵਸ, ਇਹ ਕੱਸ ਕੇ ਬੋਲਣਾ, ਦਿਵਸ ਪਾਠ ਇਕੱਠਾ ਹੀ ਹੈ, ਵਾਸ ਦਿਵਸ। ਜੇ ਕੋ ਜਾਣੈ ਭੇਉ, ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਨਿਰੰਜਨ ਨੀ ਕਹਿਣਾ, ਨਿਰੰਜਨ ਦੇਵ, ਨਿਰੰਜਨ ਨਿਰੰਜਨ ਬੋਲਣਾ ਹੈ। ਮਹੱਲਾ ਪਹਿਲਾ। ਨਿਰੰਜਨ ਨਾਮ ਹੈ ਸੁਰਮੇ ਦਾ, ਸੁਰਮਾ ਹੁੰਦਾ ਕਾਲਾ, ਕਾਲੀ ਹੈ ਮਾਇਆ, ਮਾਇਆ ਤੋਂ ਰਹਿਤ ਜੋ ਵਾਹਿਗੁਰੂ ਹਨ, ਸ਼ੁੱਧ ਸਰੂਪ ਉਸਦਾ ਨਾਮ ਹੈ ਨਿਰੰਜਨ। ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਭੱਬਾ ਹੀ ਬੋਲਣਾ, ਕੁੰਭ, ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਦਾ ਮਾਨ ਰਹਿ, ਬੱਦਾ ਧੁੱਦੇ ਨਾਲ ਉਚਾਰਨ ਕਰਨਾ, ਬੱਦਾ ਨੀ ਕਹਿਣਾ, ਗਿਆਨ ਕਾ ਬੱਦਾ ਮਾਨ ਰਹਿ,
ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਨਹਿਗਾਰ। ਪੌੜੀ ਨੀ ਕਹਿਣਾ, ਪਾ ਪੂਰਾ ਊੜਾ ਉਚਾਰਨ ਕਰਨਾ ਪੌੜੀ। ਪੌੜੀ ਪੜਿਆ ਹੋਵੇ ਗੁਨਹਿਗਾਰ। ਪੜਿਆ ਭਾਰਾ ਹੀ ਉਚਾਰਨ ਕਰਨਾ। ਤਾਂ ਉਮੀ ਸਾਧ ਨਾ ਮਾਰੀ ਹੈ। ਤਾਂ ਉਮੀ ਸਾਧ ਨਾ ਮਾਰੀ ਹੈ। ਜਿਹਾ ਘਾਲੇ ਘਾਲਣ ਤੇਵੇ ਹੋ ਨਾਉ ਪਚਾਰੀ ਹੈ। ਤੇਵੇ ਹੋ ਨਾਉ ਪਚਾਰੀ ਹੈ। ਐਸੀ ਕਲਾ ਨਾ ਖੇਡੀ ਹੈ ਜਿਤ ਦਰਗਹ ਗਿਆ ਹਾਰੀ ਹੈ। ਪੜਿਆ ਅਤੇ ਉਮੀਆ ਵਿਚਾਰ ਅੱਗੇ ਵਿਚਾਰੀ ਹੈ। ਮੋਹ ਚੱਲੈ ਸੋ ਅੱਗੇ ਮਾਰੀ ਹੈ। ਮੋਹ ਉਚਾਰਨ ਕਰਨਾ ਪਹਿਲਾਂ ਵੀ ਦੱਸਿਆ, ਮੰਮੀ ਔਂਕੜ ਹਾਹੇ ਸਿਆਰੀ ਛੇਤੀ ਬੋਲਣੀ ਹੈ। ਮੋਹ ਚੱਲੈ ਸੋ ਅੱਗੇ ਮਾਰੀ ਹੈ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾਹਿ। ਸਤ ਜੁਗ ਰਥ ਸੰਤੋਖ ਕਾ ਧਰਮ ਅੱਗੇ ਰਥ ਵਾਹ ਤੇਤੈ ਰਥ ਜਤੈ ਕਾ ਜੋਗ ਅੱਗੇ ਰਥ ਵਾਹ। ਤ੍ਰੇਤਾ ਰਥ ਜਤੈ ਕਾ ਜੋਰ ਅੱਗੇ ਰਥ ਵਾਹ। ਤ੍ਰੇਤਾ ਰਥ ਜਤੈ ਕਾ ਜੋਰ ਅੱਗੇ ਰਥ ਵਾਹ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥ ਵਾਹ। ਰਥ ਵਾਹ ਇਕੱਠਾ ਹੀ ਪਾਠ ਹੈ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹ। ਮਹੱਲਾ ਪਹਿਲਾ। ਸਾਮ ਕਹੈ ਸੇਤੰਬਰ ਸਵਾਮੀ ਸਚ ਮਹਿ ਆਛੈ ਸਾਚ ਰਹੇ ਸਭ ਕੋ ਸਚ ਸਮਾਵੈ। ਸਭ ਕੋ ਸੱਚ ਸਮਾਵੈ। ਰਿਗ ਕਹੈ ਰਹਿਆ ਭਰਪੂਰ। ਰਿਗ ਪੋਲਾ ਹੀ ਬੋਲਣਾ, ਰਿਗ ਨੀ ਕਹਿਣਾ। ਰਿਗ ਕਹੈ ਰਹਿਆ ਭਰਪੂਰ। ਰਿਗ ਕਹੈ ਰਹਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ। ਨਾਇ ਲਯੈ ਪ੍ਰਾਸ਼ਤ ਜਾਹਿ ਨਾਨਕ ਤੋ ਮੋਖ ਅੰਤਰ ਪਾਹਿ। ਜੋਜ ਮਹਿਜੋਰ ਛਲੀ ਚੰਦਰਾਵਲ। ਜੁਜ ਇਹ ਪੋਲਾ ਹੀ ਬੋਲਣਾ, ਕਿਉਂਕਿ ਰਿਗ ਵੇਦ ਆ ਗਿਆ, ਸਾਮ ਵੇਦ ਆ ਗਿਆ, ਜੁਜ ਜੁਜਰ ਵੇਦ। ਜੁਜ ਮਹਿਜੋਰ ਛਲੀ ਚੰਦਰਾਵਲ। ਜੋਜ ਮਹਿਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਕਾਨ ਕ੍ਰਿਸ਼ਨ ਜਾਦਮ ਭਇਆ। ਪਾਰ ਜਾਤ ਗੋਪੀ ਲੈ ਆਇਆ। ਪਾਰ ਜਾਤ ਇੱਥੇ ਜਮਕ ਹੈ, ਗੋਪੀ ਲੈ ਆਇਆ। ਬਿੰਦਰਾ ਬਾਨ ਮਹਿ ਰੰਗ ਕੀਆ। ਬਿੰਦਰਾ ਬਾਨ ਮਹਿ ਰੰਗ ਕੀਆ। ਕਲ ਮਹਿ ਬੇਦ ਅਥਰਬਨ ਹੂਆ। ਕਲ ਮਹਿ ਬੇਦ ਅਥਰਬਨ ਹੂਆ। ਕਲ ਮਹਿ ਬੇਦ ਅਥਰਬਨ ਹੂਆ ਨਾਉ ਖੁਦਾਈ ਅੱਲਹ ਭਇਆ। ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ ਪੜਹਿ ਗੁਣੈ ਤਿੰਨ ਚਾਰ ਵਿਚਾਰ। ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ। ਤੋ ਨਾਨਕ ਮੋਖ ਅੰਤਰ ਪਾਏ। ਪੌੜੀ ਸਤਿਗੁਰ ਵਿਟਹ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ। ਇੰਨੀ ਆਮ ਬੋਲ ਜਾਂਦੇ ਹਨ, ਲਾ ਲਾ ਕੇ ਸਿਹਾਰੀ ਲੱਗੀ ਹੋਈ ਹੈ ਈੜੀ ਦੇ
ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਹੇ ਥਾ, ਵਿਰਲੈ ਕਿਨੈ ਵਿਚਾਰਿਆ, ਕਾਰ ਕਿਰਪਾ ਪਾਰ ਉਤਾਰਿਆ। ਲੋਕ ਮਹੱਲਾ ਪਹਿਲਾ, ਸਿਮਲ ਰੁੱਖ ਸਰਾਇਰਾ, ਆਤ ਦੀਰਘ ਆਤ ਮੁੱਚ, ਓਏ ਜੇ ਆਵਹਿ ਆਸ ਕਰ, ਜਾਹਿ ਨਿਰਾਸੇ ਕਿਤ ਕਿਤ, ਜਾਹਿ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਫਲ ਫੁੱਲਾ ਬੋਲਣਾ ਫੁੱਲ ਕਸਕੇ ਬੋਲਣਾ, ਕੰਮ ਨਾ ਆਵਹਿ ਪਤ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆ ਤਤ, ਸਭ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨਾ ਕੋਏ, ਪਰ ਕਉ ਨਿਵੈ ਨਾ ਕੋਏ, ਧਰ ਤਾਰਾਜੂ ਤੋਲੀਐ, ਨਿਵੈ ਸੁ ਗੌਰਾ ਹੋਏ, ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹ, ਸੀਸ ਨਿਵਾਇਐ ਕਿਆ ਥੀਐ, ਜਾ ਹਿਰਦੈ ਕੁਸੁਦੇ ਜਾਹਿ। ਮਹੱਲਾ ਪਹਿਲਾ, ਮਹੱਲਾ ਪਹਿਲਾ, ਮਹੱਲਾ ਪਹਿਲਾ, ਪੜ ਪੁਸਤਕ ਸੰਧਿਆ ਬਾਦੰ, ਸੇਲ ਪੂਜਸ ਬਗਲ ਸਮਾਧੰ। ਸੇਲ ਵੀ ਪੋਲਾ ਹੀ ਬੋਲਣਾ ਤੇ ਪੂਜਸ ਵੀ ਪੋਲਾ ਹੀ ਉਚਾਰਨ ਕਰਨਾ, ਪੂਜਸ ਨੀ ਕਹਿਣਾ। ਸੇਲ ਪੂਜਸ ਬਗਲ ਸਮਾਧੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਤ੍ਰੈਪਾਲ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ, ਤ੍ਰੈਪਾਲ ਤਿਹਾਲ ਵਿਚਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਾਲ ਮਾਲਾ ਤਿਲਕ ਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੌ ਕਰਮੰ, ਕਹੋ ਨਾਨਕ ਨਿਹ ਚੌ ਧਿਆਵੈ। ਧਿਆਨ ਨਾਲ ਦੋਵੇਂ ਪਦ ਉਚਾਰਨ ਕਰਨੇ ਹਨ, ਸਭ ਫੋਕਟ ਇੱਥੇ ਨਿਸ਼ਚੌ ਹੈ, ਨਿਸ਼ਚੌ ਕਰਮੰ, ਕਹੋ ਨਾਨਕ ਨਿਹ ਚੌ ਧਿਆਵੈ, ਇੱਥੇ ਹਾਹੇ ਨਾਲ ਹੈ, ਧਿਆਨ ਨਾਲ ਬੋਲਣੇ ਹਨ ਦੋਵੇਂ ਪਦ। ਵੇਨ ਸਤ ਗੁਰ ਵਾਟ ਨਾ ਪਾਵੈ, ਪੌੜੀ ਕੱਪੜ ਰੂਪ ਸੁਹਾਵਣ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ, ਰਾਹੇ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ। ਨੰਗਾ ਇੱਥੇ ਜਮਕ ਲਾ ਦੇਣੀ ਹੈ, ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ, ਖਰਾ ਹਾਂਜੀ, ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ, ਕਰ ਔਗਣ ਪੱਛੋ ਤਾਵਣਾ। ਸਲੋਕ ਮਹੱਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ, ਜਾਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ, ਹਈ ਤਾ ਪਾਡੇ ਘੱਤ, ਹਈ ਤਾ ਪਾਡੇ ਘੱਤ, ਹਈ ਤੇ ਯਮਕ ਲਾ ਦਿੰਦੀ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਨਾ ਇਹੋ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ, ਚੌਕੜ ਮੁੱਲ ਅਣਾਇਆ, ਬਹਿ ਚੌਕੈ ਪਾਇਆ। ਪਾਇਆ ਨੀ ਕਹਿਣਾ, ਪਹਿਲਾਂ ਵੀ ਦੱਸਿਆ ਸੀ ਤੈਨੂੰ, ਅਣਾਇਆ ਪਾਇਆ ਇਸ ਤਰ੍ਹਾਂ ਉਚਾਰਨ ਕਰਨਾ,
ਸਿੱਖਾ ਕੰਨ ਚੜਾਈ ਆ, ਸਿੱਖਾ ਕੰਨ ਬੋਲ ਕੱਸ ਕੇ ਬੋਲਣਾ, ਕੰਨ ਕੰਨ ਨੀ ਕਹਿਣਾ, ਸਿੱਖਾ ਕੰਨ ਚੜਾਈ ਆ। ਗੁਰ ਬ੍ਰਾਹਮਣ ਥਿਆ, ਥਿਆ ਨੀ ਕਹਿਣਾ, ਥਿਆ ਥਿਆ ਛੇਤੀ ਬੋਲ ਦੇਣਾ। ਉਹ ਮੋਆ ਹੋ ਝੜ ਪਿਆ, ਉਹ ਮੋਆ ਉਹ ਝੜ ਪਿਆ। ਵੇਤਗਾ ਗਿਆ ਮਹੱਲਾ ਪਹਿਲਾ, ਇਹਨੂੰ ਵੇਤਗਾ ਉਚਾਰਨ ਕਰਨਾ, ਵੇਤਗਾ ਗਿਆ। ਲੱਖ ਚੋਰੀ ਆ ਲੱਖ ਜਾਰੀ ਆ, ਲੱਖ ਕੂੜੀ ਲੱਖ ਗਾਲ, ਲੱਖ ਕੂੜੀ ਆ ਲੱਖ ਗਾਲ। ਲੱਖ ਠੱਗੀ ਆ ਪਹਿਨਾਮੀ ਆ, ਰਾਤ ਦਿਨ ਚ ਜੀ ਨਾਲ, ਤਗ ਕਪਾਹ ਕੱਤੀ ਐ ਬ੍ਰਾਹਮਣ ਵੱਟੇ ਆਏ। ਬ੍ਰਾਹਮਣ ਬ੍ਰਾਹਮਣ ਰਾਰਾ ਨੀ ਹੈ ਹੇਠਾਂ, ਤਗ ਕਪਾਹ ਕੱਤੀ ਐ ਇੱਥੇ ਵਿਸਰਾਮ, ਬ੍ਰਾਹਮਣ ਵੱਟੇ ਆਏ। ਕੋਈ ਬੱਕਰਾ ਰਿਨ ਖਾਇਆ, ਖਾਇਆ ਸਭ ਕੋ ਆਖੇ ਪਾਏ। ਕੋਈ ਬੱਕਰਾ ਰਿਨ ਖਾਇਆ ਇੱਥੇ ਵਿਸਰਾਮ ਹੈ, ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀ ਐ ਭੀ ਫਿਰ ਪਈ ਐ ਹੋਰ, ਨਾਨਕ ਤਗ ਨਾ ਟੁੱਟਈ। ਹੋਏ ਪੁਰਾਣਾ ਸੁੱਟੀ ਐ ਭੀ ਫਿਰ ਪਾਈ ਐ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਤਗ ਕੱਸ ਕੇ ਬੋਲਣਾ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ, ਸਾਲਾ ਹੀ ਸੱਚ ਸੂਤ, ਦਰਗਹ ਅੰਦਰ ਪਾਈ ਐ ਤਗ ਨਾ ਟੂਟ ਸਪੂਤ। ਤਗ ਨਾ ਟੂਟ ਸਪੂਤ ਮਹੱਲਾ ਪਹਿਲਾ, ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ। ਦਾੜੀ ਭਾਰਾ ਉਚਾਰਨ ਕਰਨਾ, ਭਲਕੇ ਥੁੱਕ ਪਵੈ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਿਹਵਾ ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੈ, ਵੇ ਤੱਗਾ ਆਪੇ ਵੱਤੈ। ਵੱਟ ਧਾਗੇ ਅਵਰਾ ਕੱਤੈ, ਲੈ ਪਹਾੜ ਕਰੇ ਵੀ ਆਹੋ, ਵੀ ਆਹੋ ਵੀ ਆਹੋ, ਕੱਢ ਕਾਗਲ ਦੱਸੇ ਰਾਹੋ, ਰਾਹੋ। ਸੁਣ ਵੇਖੋ ਲੋਕਾ ਇਹ ਵਡਾਣ, ਮਨ ਅੰਧਾ ਨਾਓ ਸਜਾਣ, ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ। ਸੁਣ ਲੋਕਾ ਸੁਣ ਵੇਖੋ ਲੋਕਾ ਇਹ ਵਿਡਾਨ, ਮਨ ਅੰਧਾ ਨਾਓ ਸਜਾਣ, ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ, ਤਾ ਸਾਈ ਕਾਰ ਕਰਾਏ ਸੀ। ਸਾਹਿਬ ਹੋਏ ਦਇਆਲ ਕਿਰਪਾ ਕਰੇ, ਇੱਥੇ ਵਿਸਰਾਮ ਲੱਗੇਗਾ, ਤਾ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾ ਖਸਮੈ ਕਾ ਮਹਿਲ ਪਾਏ ਸੀ, ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨੁਹ ਚਿੰਦਿਆ ਸੋ ਫਲ ਪਾਏ ਸੀ, ਤਾ ਦਰਗਹ ਪੈਦਾ ਜਾਏ ਸੀ। ਸਲੋਕ ਮਹੱਲਾ ਪਹਿਲਾ। ਗਉ ਬ੍ਰਾਹਮਣ ਕਾਉ ਕਰ ਲਾਵ, ਕਉ ਤੇ ਪਦ ਤੇ ਠਮਕ ਲਾ ਦੇਣੀ ਹੈ, ਗਉ ਬ੍ਰਾਹਮਣ ਕਉ ਕਰ ਲਾਵ, ਗਉ ਬ੍ਰਾਹਮਣ ਕਉ ਕਰ ਲਾਵ,
ਗੋਬਰ ਤਰਨ ਨਾ ਜਾਈ। ਗੋਬਰ ਇਹ ਕਸ ਕੇ ਬੋਲਣਾ, ਗੋਬਰ ਤਰਨ ਨਾ ਜਾਈ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਾਲੀ ਜਪ ਮਾਲੀ, ਧਾਨ ਮਲੇਛਾਂ ਖਾਈ, ਅੰਤਰ ਪੂਜਾ ਪੜਹਿ ਕਤੇਬਾ, ਸੰਜਮ ਤੁਰਕਾ ਭਾਈ, ਛੋਡੀ ਲੇ ਪਾਖੰਡਾ, ਛੋਡੀ ਲੇ ਪਾਖੰਡਾ, ਨਾਮ ਲਿਆ ਜਾਹ ਤਰੰਦਾ, ਮਹੱਲਾ ਪਹਿਲਾ, ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰਹਿ ਨਾਦ। ਬ੍ਰਾਹਮਣ ਨੀ ਕਹਿਣਾ, ਕੰਨਾ ਨੀ ਹੈ, ਸਿੱਧਾ ਹੀ ਬ੍ਰਾਹਮਣ। ਤਿੰਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਭੇ ਆਵਹਿ, ਉਹਨਾਂ ਭੇ ਆਵਹਿ, ਓਈ ਸਾਦ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰਹਿ ਆਹਾਰ, ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥਾ ਟਿੱਕਾ ਤੇੜ ਧੋਤੀ ਕਖਾਈ, ਮੱਥਾ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪਹਿਰ ਹੋਵਹਿ ਪਰਵਾਨ, ਨੀਲ ਵਸਤਰ ਪਹਿਰ ਹੋਵਹਿ ਪਰਵਾਨ, ਮਲੇਛ ਧਾਨ ਲੇ ਪੂਜਾ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਅਪਾਖਿਆ ਕਾ ਇੱਥੇ ਵਿਸਰਾਮ ਲਾ ਦੇਣਾ, ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੈ ਪਾਠ, ਸ਼ੁੱਧ ਪਾਠ ਹੈ ਦਿਨਾਵਾਂ ਦੇ ਨਾਲ, ਦੇ ਕੈ ਚੌਕਾ ਆਮ ਹੁਣ ਪੋਥੀਆਂ ਚ ਕੇ ਛਪਣ ਲੱਗ ਗਿਆ, ਕੈ ਪਾਠ ਪ੍ਰਾਤਨ ਸਰੂਪਾਂ ਚ, ਦੇ ਕੈ ਚੌਕਾ ਕੱਢੀ ਕਾਰ, ਉੱਪਰ ਆਏ ਉੱਪਰ ਤੇ ਵਿਸਰਾਮ, ਉੱਪਰ ਆਏ ਬੈਠੇ ਕੂੜਿਆਰ, ਮਤ ਭਿੱਟੈ ਵੇ ਮਤ ਭਿੱਟੈ, ਇਹ ਅੰਨ ਇਹੋ ਛੇਤੀ ਬੋਲ ਦੇਣਾ, ਇਹੋ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ, ਮਨ ਜੂਠਾ ਚੁਲੀ ਭਰੇਨ, ਚੁਲੀ ਪੋਲਾ ਹੀ ਉਚਾਰਨ ਕਰਨਾ, ਚੁਲੀ ਨੀ ਕਹਿਣਾ ਹੈ। ਕਹ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ, ਇਹ ਹੋਵੇ ਤੇ ਵਿਸਰਾਮ ਲਾਉਣਾ, ਸੁੱਚ ਹੋਵੇ ਤਾਂ ਸੱਚ ਪਾਈਐ, ਪੌੜੀ ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਇਦਾ, ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ, ਵੱਡੋ ਵੱਡਾ ਵੱਡ ਮੇਦਨੀ, ਵੱਡੋ ਵੱਡਾ ਵੱਡ ਮੇਦਨੀ, ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦਾ ਲਾਇਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇਦਾ, ਦਰ ਮੰਗਨ ਭਿੱਖ ਨਾ ਪਾਇਦਾ। ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਘਰ ਮੁਹੈ, ਇਹ ਜੇ ਪਾਤੀ ਯਮਕ ਲਾ ਦੇਣੀ ਹੈ, ਮੁਹਾਕਾ ਪਾਠ ਇਕੱਠਾ ਹੀ ਕਰਨਾ ਹੈ, ਮੁਹਾਕਾ ਨਹੀਂ ਕਹਿਣਾ। ਜੇ ਮੁਹਾਕਾ ਘਰ ਮੁਹੈ, ਘਰ ਮੁਹ ਕਿੱਤਰੀ ਦੇ, ਇਹ ਮੁਹੈ ਵੀ ਸ਼ੁੱਧ ਉਚਾਰਨ ਕਰਨਾ,
ਦੂਸਰਾ ਮੰਮੇ ਓ ਕੜਾਹੇ ਸਿਹਾਰੀ ਆ, ਇਸ ਨੂੰ ਉਚਾਰਨ ਕਰਨਾ ਮੋਹ ਘਰ ਮੋਹ ਪਿਤਰੀ ਦੇ। ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ, ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਮਹੱਲਾ ਪਹਿਲਾ ਜਿਉ ਜੋਰੂ ਸਿਰ ਨਾਵਣੀ, ਹਾਂਜੀ ਪੁੱਲਾ ਹੀ ਉਚਾਰਨ ਜਿਉ ਜੋਰੂ ਸਿਰ ਨਾਵਣੀ, ਆਵੈ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀਐ, ਬਹਿਨ ਜੇ ਪਿੰਡਾ ਧੋਏ ਸੂਚੇ ਸੇ ਨਾਨਕਾ, ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆ, ਲਾਏ ਬੈਠੇ ਕਰ ਪਾਸਾਰਿਆ, ਚੀਜ ਕਰਨ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ। ਇਹ ਠਮਕ ਧਿਆਨ ਨਾਲ ਲਾ ਕੇ ਉਚਾਰਨ ਕਰਨਾ, ਹਰ ਬੁੱਝਣ ਨਾਹੀ ਇੱਥੇ ਠਮਕ ਲਾ ਦੇਣੀ ਹੈ, ਫਿਰ ਬੋਲਣਾ ਹਾਰਿਆ, ਇਉਂ ਨਹੀਂ ਕਹਿਣਾ ਹਰ ਬੁੱਝਣ ਨਾਹੀ ਹਾਰਿਆ ਨਹੀਂ ਕਹਿਣਾ। ਕਰ ਫੁਰਮਾਏ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋਬਨ ਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।